ਕਰ ਕਰਣਾ ਲਿਖ ਲੈ ਜਾਓ। ਦੋ ਦਫਾ ਆਇਆ ਕਰ ਸਰੀਰ ਕਰ ਰਿਹਾ ਨਾਲੇ ਮਨ ਵੀ ਕਰ ਰਿਹਾ, ਇਹ ਅੰਦਰ ਲਿਖਿਆ ਜਾਂਦਾ। ਸਰੀਰ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ, ਅੰਦਰ ਨਹੀਂ ਲਿਖਿਆ ਜਾਂਦਾ। ਕਰ ਕਰਨਾ ਲਿਖ ਲੈ ਜਾਓ, ਮੈਂ ਪਾਠ ਕਰ ਰਿਹਾ ਪਰ ਇਸ ਵਿੱਚ ਮੇਰਾ ਪੂਰਾ ਮਨ ਨਹੀਂ ਹੈ, ਅੰਦਰ ਨਹੀਂ ਲਿਖਿਆ ਜਾਏਗਾ। ਪਰ ਮੈਂ ਕੋਈ ਗਲਤ ਕੰਮ ਕਰ ਰਿਹਾ ਉਹਦੇ ਚ ਮੇਰਾ ਪੂਰਾ ਮਨ ਹੈ, ਇਹ ਲਿਖਿਆ ਜਾਏਗਾ, ਇਹ ਅੰਦਰ ਲਿਖਿਆ ਜਾਏ। ਕਰਨਾ ਲਿਖ ਲੈ ਜਾਓ, ਕਿੱਥੇ ਲਿਖਿਆ ਜਾਂਦਾ? ਮਨੁੱਖ ਦੇ ਮਨ ਦੇ ਚ ਲਿਖਿਆ ਜਾਂਦਾ। ਦੂਸਰਾ ਨੁਕਤਾ ਵੀ ਬਿਆਨ ਕਰਾਂ, ਸਰੀਰ ਤੇ ਨਹੀਂ ਕਰ ਰਿਹਾ ਪਰ ਮਨ ਪੂਰਾ ਕਰ ਰਿਹਾ, ਲਿਖਿਆ ਜਾਏਗਾ। ਸਰੀਰ ਕਰ ਰਿਹਾ ਇਹਦੇ ਚ ਮਨ ਪੂਰਾ ਸ਼ਾਮਲ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਤੁਸੀਂ ਸਤਸੰਗੀ ਹੋ, ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ। ਅੱਜ ਪਾਠ ਕੀਤਾ ਤੇ ਦੇਖਣਾ ਲਿਖਿਆ ਗਿਆ ਕਿ ਨਹੀਂ, ਕਿਵੇਂ ਹੀ ਕਰ ਛੱਡੇ। ਮਹਾਰਾਜ ਕਹਿੰਦੇ ਨੇ ਭਾਵੇਂ ਕਿਤਨੇ ਵੱਡੀਆਂ ਵੱਡੀਆਂ ਕੋਈ ਪੁਸਤਕਾਂ ਪੜ ਲਵੇ, ਗ੍ਰੰਥ ਪੜ ਲਵੇ, ਪਰ ਜਿੰਨੇ ਚਿਰ ਤੱਕ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਚ ਨਹੀਂ ਆਈ, ਇਹ ਅਨਪੜ ਹੈ, ਮੂਰਖ ਦਾ ਮੂਰਖ। ਕਾਇਆ ਕਾਗਦ ਮਨ ਪਰਵਾਣਾ, ਸਿਰਕੇ ਲੇਖ ਨਾ ਪੜੇ ਇਆਣਾ। ਬੜੇ ਬੜੇ ਗ੍ਰੰਥ ਪੜ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ, ਸਿਰ ਦੇ ਲੇਖ ਤੇ ਪੜਨ ਦੀ ਜਾਚ ਨਹੀਂ ਆਉਂਦੀ। ਜਿਸ ਕਰਮ ਨੂੰ ਪੂਰੇ ਮਨ ਨਾਲ ਕੀਤਾ ਹੈ ਉਹ ਅੰਦਰ ਲਿਖਿਆ ਜਾਂਦਾ, ਔਰ ਜਿਹੜਾ ਲਿਖਿਆ ਜਾਂਦਾ ਉਹ ਸੁਭਾਅ ਬਣ ਜਾਂਦਾ, ਗਿਆਨ ਬਣ ਜਾਂਦਾ। ਜਿਹੜਾ ਲਿਖਿਆ ਜਾਂਦਾ ਵਿਚਾਰਾਂ ਚ ਚੱਲਦਾ ਰਹਿੰਦਾ। ਜੋ ਨਹੀਂ ਲਿਖਿਆ ਗਿਆ ਵਿਚਾਰਾਂ ਚ ਨਹੀਂ ਚੱਲਦਾ, ਜੋ ਨਹੀਂ ਲਿਖਿਆ ਗਿਆ ਗਿਆਨ ਨਹੀਂ ਬਣਦਾ, ਜੋ ਨਹੀਂ ਲਿਖਿਆ ਗਿਆ ਸੁਭਾਅ ਨਹੀਂ ਬਣਦਾ। ਕੁਰਾਨ ਪੜ ਰਿਹਾ ਉਹਦੇ ਚ ਮਨ ਨਹੀਂ ਹੈ, ਇਹਦੇ ਵਿਵਹਾਰ ਵਿੱਚ, ਇਹਦੇ ਸੁਭਾਅ ਵਿੱਚ, ਇਹਦੇ ਗਿਆਨ ਵਿੱਚ, ਇਹਦੇ ਸੰਸਕਾਰਾਂ ਵਿੱਚ ਕੁਰਾਨ ਨਹੀਂ ਹੋਵੇਗਾ, ਨਹੀਂ ਹੋਵੇਗਾ। ਬਾਣੀ ਪੜ ਰਿਹਾ ਇਹਦੇ ਚ ਇਹਦਾ ਪੂਰਾ ਮਨ ਨਹੀਂ ਹੈ, ਇਹਦੇ ਵਿਵਹਾਰ ਵਿੱਚ ਬਾਣੀ ਦੀ ਝਲਕ ਨਹੀਂ ਮਿਲੇਗੀ, ਇਹਦੇ ਸੁਭਾਅ ਵਿੱਚ ਬਾਣੀ ਦੀ ਝਲਕ ਨਹੀਂ ਮਿਲੇਗੀ। ਇਹ ਬਾਣੀ ਦਾ ਪਾਠ ਇਹਦਾ ਸੁਭਾਅ ਨਹੀਂ ਹੋਵੇਗਾ, ਇਹ ਬਾਣੀ ਦਾ ਪਾਠ ਇਸਦਾ ਗਿਆਨ ਨਹੀਂ ਹੋਵੇਗਾ। ਇਹਨੂੰ ਬੜੇ ਧਿਆਨ ਨਾਲ ਸਰਵਣ ਕਰਨਾ, ਔਰ ਕਿੰਤੂ ਪਰੰਤੂ ਕਰਨ ਦੀ ਵੀ ਲੋੜ ਨਹੀਂ। ਮੈਂ ਰਾਤ ਅਰਜ਼ ਕੀਤੀ ਸੀ, ਧਾਰਮਿਕ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹਨੂੰ ਦੁਸ਼ਟ ਦੇ ਉੱਤੇ ਦਇਆ ਆਉਂਦੀ ਹੈ, ਸੱਜਣ ਦੇ ਉੱਤੇ ਸ਼ਰਧਾ ਆਉਂਦੀ ਹੈ, ਉਹਨੂੰ ਦੁਰਾਚਾਰੀ ਤੇ ਦਇਆ ਆ ਜਾਂਦੀ ਹੈ, ਉਹਨੂੰ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਹੈ।
ਉਹਨੂੰ ਸਤਸੰਗੀ ਤੇ ਸ਼ਰਧਾ ਆ ਜਾਂਦੀ ਏ, ਕੁਸੰਗੀ ਤੇ ਦਇਆ ਆ ਜਾਂਦੀ ਏ। ਇੰਨਾ ਕੀਮਤੀ ਜੀਵਨ ਕੁਸੰਗਤ ਚ ਬਤੀਤ ਪਿਆ ਕਰਦਾ। ਜਿਸ ਦਿਨ ਚੰਗੇ ਮਨੁੱਖ ਤੇ ਸ਼ਰਧਾ ਪੈਦਾ ਹੋਵੇ, ਮਾੜੇ ਮਨੁੱਖ ਤੇ ਦਇਆ ਆਵੇ, ਤੂੰ ਸਮਝ ਲੈਣਾ ਕਛ ਜੋਗ ਪ੍ਰਾਪਤ ਗਣਿਆ। ਕੁਛ ਨਾ ਕੁਛ ਧਰਮ ਦੀ ਪ੍ਰਾਪਤੀ ਹੋ ਰਹੀ ਹੈ, ਕੁਛ ਨਾ ਕੁਛ ਖੇਡ ਬਣ ਰਹੀ ਹੈ। ਜੋ ਧਰਮ ਦੀ ਦੁਨੀਆਂ ਵਿੱਚ ਅੱਗੇ ਹੈ ਉਸ ਤੇ ਸ਼ਰਧਾ ਨਹੀਂ, ਔਰ ਜੋ ਪਿੱਛੇ ਹੈ ਉਸ ਤੇ ਦਇਆ ਨਹੀਂ, ਅਜੇ ਧਰਮ ਦੀ ਖੇਡ ਨਹੀਂ ਬਣੀ। ਇਹ ਪਹਿਚਾਣ ਸਿਆਣੇ ਦੇ ਉੱਤੇ ਸ਼ਰਧਾ ਨਹੀਂ ਆ ਰਹੀ, ਮੂਰਖ ਦੇ ਉੱਤੇ ਦਇਆ ਨਹੀਂ ਆ ਰਹੀ, ਸਤਸੰਗੀ ਦੇ ਉੱਤੇ ਸ਼ਰਧਾ ਨਹੀਂ ਆ ਰਹੀ, ਕੁਸੰਗੀ ਦੇ ਉੱਤੇ ਦਇਆ ਨਹੀਂ ਆ ਰਹੀ, ਸਦਾਚਾਰੀ ਦੇ ਉੱਤੇ ਸ਼ਰਧਾ ਨਹੀਂ ਪੈਦਾ ਹੋ ਰਹੀ, ਦੁਰਾਚਾਰੀ ਦੇ ਉੱਤੇ ਦਇਆ ਨਹੀਂ ਆ ਰਹੀ, ਅਜੇ ਕੋਈ ਧਰਮ ਦੀ ਖੇਡ ਨਹੀਂ, ਅਜੇ ਇਸ ਦਾ ਕਰਮ ਸਹਿਜ ਨਹੀਂ ਬਣਿਆ, ਅਜੇ ਇਹਦੇ ਕਰਮ ਸੁਭਾਅ ਨਹੀਂ ਬਣੇ, ਅਜੇ ਇਹਦੇ ਕਰਮ ਕੀਤੇ ਹੋਏ ਗਿਆਨ ਨਹੀਂ ਬਣੇ, ਭਾਵੇਂ ਕਰਮ ਕਰ ਰਿਹਾ। ਗੁਰਦੁਆਰੇ ਆਉਣਾ ਕਰਮ ਹੈ, ਕਥਾ ਕੀਰਤਨ ਸੁਣਨਾ ਕਰਮ ਹੈ, ਬਾਣੀ ਪੜ੍ਹਨੀ ਕਰਮ ਹੈ, ਪਰ ਇਸ ਵਿੱਚ ਮਨ ਪੂਰਾ ਨਹੀਂ ਤੋ ਲਿਖਿਆ ਨਹੀਂ ਜਾਏਗਾ, ਅੰਦਰ ਸੰਸਕਾਰ ਨਹੀਂ ਬਣਨਗੇ। ਮੈਂ ਪੰਕਤੀਆਂ ਫਿਰ ਦੁਹਰਾਵਾਂ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ। ਤਨ ਕਰ ਰਿਹਾ ਕਰ ਨਾਲ, ਮਨ ਵੀ ਕਰ ਰਿਹਾ ਕਰ ਕਰ। ਤਨ ਤੇ ਮਨ ਦਾ ਜੋ ਕਰਨਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ, ਉਹ ਸੁਭਾਅ ਬਣਦਾ ਹੈ, ਉਹ ਗਿਆਨ ਬਣਦਾ ਹੈ, ਉਹ ਮਨ ਦਾ ਹਿੱਸਾ ਬਣਦਾ ਹੈ। ਤਨ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ, ਅਧੂਰਾ ਹੈ, ਨਹੀਂ ਲਿਖਿਆ ਜਾਏਗਾ, ਨਹੀਂ ਲਿਖਿਆ ਜਾਏਗਾ। ਤਨ ਤੇ ਨਹੀਂ ਕਰ ਰਿਹਾ ਪਰ ਮਨ ਕਰ ਰਿਹਾ, ਲਿਖਿਆ ਜਾਏਗਾ, ਲਿਖਿਆ ਜਾਏਗਾ। ਅੰਦਰ ਜੋ ਲਿਖਿਆ ਜਾਂਦਾ ਹੈ ਮਾਨਸਿਕ ਕਰਮ ਲਿਖਿਆ ਜਾਂਦਾ ਹੈ, ਕੋਰਾ ਸਰੀਰਕ ਕਰਮ ਨਹੀਂ। ਲੇਕਿਨ ਧਰਮ ਦੀ ਦੁਨੀਆ ਪਹਿਲੇ ਸਰੀਰਕ ਕਰਮ ਤੋਂ ਆਰੰਭ ਕਰਨੀ ਪੈਂਦੀ ਹੈ, ਮਜਬੂਰੀ ਤਨ ਤੋਂ ਹੀ ਆਰੰਭ ਕਰਨੀ ਪੈਂਦੀ। ਪਰ ਜੀਵਨ ਭਰ ਸਰੀਰਕ ਕਰਮ, ਸਰੀਰਕ ਕਰਮ ਹੀ ਰਹਿ ਗਿਆ, ਤਨ ਦਾ ਹੀ ਕਰਮ, ਮਨ ਉਸ ਵਿੱਚ ਸ਼ਾਮਲ ਨਹੀਂ ਹੈ, ਜ਼ਿੰਦਗੀ ਅਜਾਈ ਚਲੀ ਗਈ। ਮੈਂ ਦੇਖਦਾ ਬਹੁਤ ਪਾਠ ਕਈ ਕਰਦੇ ਨੇ, ਬੜਾ ਕਰਦੇ ਨੇ, ਪਰ ਉਸ ਵਿੱਚ ਮਨ ਪੂਰਾ ਹੁੰਦਾ ਨਹੀਂ, ਉਹ ਲਿਖਿਆ ਨਹੀਂ ਜਾਂਦਾ। ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ, ਵਿਵਹਾਰ ਵਿੱਚ ਬਾਣੀ ਨਹੀਂ ਝਲਕਦੀ ਪਈ। ਭਾਗਵਤ ਗੀਤਾ ਦਾ ਪਾਠ ਤੇ ਕਰਦੇ ਪਏ ਨੇ, ਵਿਵਹਾਰ ਵਿੱਚ ਭਗਵਾਨ ਦੀ ਗੀਤਾ ਪ੍ਰਗਟ ਨਹੀਂ ਹੋ ਰਹੀ। ਕੁਰਾਨ ਦੀ ਤਲਾਵਤ ਤੇ ਕਰਦੇ ਪਏ ਨੇ, ਪਰ ਵਿਵਹਾਰ ਵਿੱਚ ਤੇ ਸ਼ੈਤਾਨ ਪ੍ਰਗਟ ਹੋ ਰਿਹਾ, ਕੁਰਾਨ ਪ੍ਰਗਟ ਨਹੀਂ ਹੋ ਰਹੀ। ਗੁਰਬਾਣੀ ਦਾ ਪਾਠ ਤੇ ਕਰਦੇ ਪਏ ਨੇ, ਪਰ ਵਿਵਹਾਰ ਦੇ ਮਨਮੁਖਤਾ ਪ੍ਰਗਟ ਹੋ ਰਹੀ ਹੈ, ਗੁਰਮੁਖਤਾ ਨਹੀਂ।
ਇਹਨਾਂ ਸਾਰੀਆਂ ਗੱਲਾਂ ਨੂੰ ਗਹਿਰਾਈ ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਬੜਾ ਪੜ੍ਹਾ ਲਿਖਾ ਔਰ ਬਹੁਤ ਕੁਝ ਪੜ੍ਹ ਲਿਖ ਲੈਂਦਾ, ਪਰ ਗਰਜ਼ਬ ਦੀ ਗੱਲ ਇਹਨੂੰ ਆਪਣੇ ਸੰਸਕਾਰਾਂ ਨੂੰ ਪੜ੍ਹਨ ਦੀ ਜਾਚ ਆਈ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਹ ਆਣਾ। ਇਹ ਸਿਰ ਦੇ ਲੇਖ ਸਾਡੇ ਕੌਣ ਲਿਖਦਾ? ਅਸੀਂ ਆਪ ਲਿਖਦੇ ਹਾਂ। ਅਸੀਂ ਲਿਖ ਸਕੀਏ, ਪ੍ਰਭੂ ਨੇ ਸਾਨੂੰ ਸੁਤੰਤਰਤਾ ਦਿੱਤੀ ਹੋਈ ਹੈ। ਕਿਉਂਕਿ ਸੁਤੰਤਰਤਾ ਉਸੇ ਨੇ ਦਿੱਤੀ ਹੈ, ਇਸ ਵਾਸਤੇ ਭਗਤ ਕਹਿ ਦਿੰਦੇ ਨੇ ਪ੍ਰਭੂ ਸਭ ਕੁਝ ਤੇਰੇ ਹੱਥ ਵਿੱਚ ਹੈ, ਸਾਡੀ ਸੁਤੰਤਰਤਾ ਵੀ ਤੇਰੀ ਦੇਣ ਹੈ ਨਾ, ਤੂੰ ਦਿੱਤੀ ਹੈ। ਇਹ ਲੇਖ ਅਸੀਂ ਆਪ ਲਿਖਦੇ ਹਾਂ। ਕਿਸ ਤਰ੍ਹਾਂ? ਕਰ ਕਰ ਕਰਨਾ ਲਿਖ ਲਏ ਜਾ। ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ, ਲਿਖਿਆ ਜਾਏਗਾ। ਕਿੱਥੇ ਲਿਖਿਆ ਜਾਂਦਾ? ਉਸ ਚਿੱਤਰ ਦੇ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ, ਨਹੀਂ ਦਿਖਾਈ ਦਿੰਦਾ, ਅੰਦਰ ਮਨ ਦੇ ਲਿਖਿਆ ਜਾਂਦਾ। ਤਨ ਤੇ ਲਿਖਿਆ ਹੋਵੇ, ਕੱਪੜਿਆਂ ਤੇ ਲਿਖਿਆ ਹੋਵੇ, ਬਥੇਰਿਆਂ ਨੇ ਉਹ ਚੋਲੇ ਪਾਏ ਹੁੰਦੇ ਨੇ ਜਿਨ੍ਹਾਂ ਤੇ ਰਾਮ ਰਾਮ ਲਿਖਿਆ ਹੁੰਦਾ। ਮੁਸਲਿਮ ਜਗਤ ਵਿੱਚ ਮੈਂ ਬਹੁਤ ਸਾਰੇ ਪੀਰਾਂ ਨੂੰ ਦੇਖਿਆ, ਉਹ ਚੋਲੇ ਪਾਏ ਹੁੰਦੇ ਨੇ, ਉੱਪਰ ਉਹ ਚਾਦਰ ਹੋੜੀ ਆਉਂਦੀ ਹੈ ਜਿਹਦੇ ਉੱਤੇ ਲਾ ਏ ਲਾ ਇਲੇ ਲਾ ਮੁਹੰਮਦ ਰਸੂਲ ਇਲਾ ਕਲਮਾ ਲਿਖਿਆ ਹੁੰਦਾ, ਅੱਲਾ ਲਿਖਿਆ ਹੁੰਦਾ, ਚਾਦਰ ਓੜੀ ਹੋਈ ਹੈ। ਰਾਮ ਰਾਮ ਲਿਖਿਆ, ਉਹਨੂੰ ਕਹਿੰਦੇ ਰਾਮ ਚਦਰੀਆ, ਸਾਧੂ ਪਹਿਨਦੇ ਨੇ ਰਾਮ ਚਦਰੀਆ, ਚੋਲਾ ਪਹਿਨਿਆ, ਰਾਮ ਰਾਮ ਲਿਖਿਆ ਹੋਇਆ, ਚਾਦਰ ਉੱਪਰ ਓੜੀ ਹੋਈ ਹੈ, ਰਾਮ ਰਾਮ ਲਿਖਿਆ ਹੋਇਆ, ਪਰ ਮਨ ਦੀ ਚਾਦਰ ਉੱਤੇ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਮਨ ਦੀ ਚਾਦਰ ਦਿੱਤੇ ਉਦੋਂ ਲਿਖਿਆ ਜਾਂਦਾ ਜਿਸ ਕਰਮ ਵਿੱਚ ਮਨ ਪੂਰਾ ਸ਼ਾਮਲ ਹੋਵੇ, ਵਰਨਾ ਨਹੀਂ। ਪੁੰਨੀ ਪਾਪੀ ਆਖਣ ਨਾ ਹੈ, ਇਹ ਪੁੰਨੀ ਹੈ ਇਹ ਪਾਪੀ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ, ਪੂਰਾ ਤਨ ਸ਼ਾਮਲ ਹੈ ਪੂਰਾ ਮਨ ਸ਼ਾਮਲ ਹੈ, ਲਿਖਿਆ ਜਾਏਗਾ। ਤਨ ਤੇ ਕਰ ਰਿਹਾ, ਮਨ ਵਿੱਚ ਇਹ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਤਨ ਨਹੀਂ ਕਰ ਰਿਹਾ, ਮਨ ਕਰ ਰਿਹਾ ਹੈ, ਲਿਖਿਆ ਜਾਏਗਾ। ਮਾਨਸਿਕ ਕਰਮ ਲਿਖੇ ਜਾਂਦੇ, ਲਿਖਿਆ ਗਿਆ ਜੋ ਉਹ ਮਨੁੱਖ ਦਾ ਆਚਾਰ ਵਿਵਹਾਰ ਬਣੇਗਾ, ਲਿਖਿਆ ਗਿਆ ਜੋ ਉਹ ਮਨੁੱਖ ਦਾ ਸੁਭਾਅ ਤੇ ਗਿਆਨ ਬਣੇਗਾ। ਅਗਰ ਸੁਭਾਅ ਵਿੱਚ ਗੁਰਬਾਣੀ ਨਹੀਂ ਹੈ, ਗੁਰਮੁਖਤਾ ਨਹੀਂ ਹੈ, ਤਾਂ ਸਮਝ ਲੈਣਾ ਚਾਹੀਦਾ ਗੁਰਬਾਣੀ ਦਾ ਪਾਠ ਤੇ ਕਰਦਾ ਪਿਆ ਜੇ ਅੰਦਰ ਲਿਖਿਆ ਨਹੀਂ ਗਿਆ, ਨਹੀਂ ਲਿਖਿਆ। ਬੇਸ਼ਤਰ ਕਰਮ ਇਹ ਕਰ ਰਿਹਾ, ਨਹੀਂ ਲਿਖੇ ਜਾ ਰਹੇ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਭਾਵੇਂ ਅੱਧਾ ਘੰਟਾ 15 ਮਿੰਟ ਕਰੋ, ਪਰ ਪੂਰੀ ਸਾਵਧਾਨੀ ਨਾਲ, ਪੂਰੀ ਇਕਾਗਰਤਾ ਨਾਲ।
2 ਘੰਟਾ ਕੀਤਾ ਹੈ, ਨਾ ਕੋਈ ਇਕਾਗਰਤਾ ਨਾ ਸਾਵਧਾਨੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪੂਰੀ ਇਕਾਗਰਤਾ ਸਾਵਧਾਨੀ ਲਈ ਬੜੀ ਮਾਨਸਿਕ ਮਿਹਨਤ ਹੈ, ਮੁਸ਼ਕਤ ਹੈ, ਗਾਲਣਾ ਹੈ, ਐਵੇਂ ਨਹੀਂ ਇਹ ਕੰਮ ਹੁੰਦਾ। ਮਹਾਰਾਜ ਤਾਂ ਹੀ ਕਹਿੰਦੇ ਨੇ, ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਗਾ। ਬੜੀ ਮੁਸ਼ਕਤ ਹੈ, ਮੇਰੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਸਰੀਰਕ ਕਰਮ ਹੈ, ਪਰ ਇਸ ਵਿੱਚ ਮਨ ਪੂਰਾ ਸ਼ਾਮਲ ਹੈ, ਮਨ ਸੁਣ ਰਿਹਾ। ਬੜੀ ਮੁਸ਼ਕਤ ਹੈ, ਜ਼ਬਾਨ ਨੂੰ ਮਨੁੱਖ ਰਾਜ਼ੀ ਕਰ ਲੈਂਦਾ, ਮਨ ਰਾਜ਼ੀ ਨਹੀਂ ਆਉਂਦਾ, ਨਹੀਂ ਆਉਂਦਾ ਵਿੱਚ। ਹੱਥ ਸੇਵਾ ਕਰ ਰਹੇ ਹੁੰਦੇ ਨੇ, ਮਨ ਸ਼ਰਧਾਹੀਣ ਹੁੰਦਾ। ਜਿਸ ਕਰਮ ਦੇ ਚ ਪੂਰਾ ਮਨ ਨਹੀਂ ਹੈ, ਉਹ ਕਰਮ ਨਹੀਂ ਲਿਖਿਆ ਜਾਂਦਾ। ਇੱਕ ਦੂਜਾ ਨੁਕਤਾ ਵੀ ਬਿਆਨ ਕਰਦੇ ਹਾਂ ਤਾਂ ਕਿ ਗੱਲ ਪੂਰੀ ਹੋ ਜਾਏ। ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ, ਲਿਖਿਆ ਜਾਂਦਾ। ਹਰ ਬੁਰੇ ਕਰਮ ਦੀ ਸਾਵਧਾਨੀ ਪੂਰੀ ਆਉਂਦੀ ਹੈ, ਹਰ ਬੁਰੇ ਕਰਮ ਦੇ ਚ ਇਕਾਗਰਤਾ ਪੂਰੀ ਆਉਂਦੀ ਹੈ। ਕਿਉਂ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ, ਤਾਂ ਬੁਰਾ ਕਰਮ ਲਿਖਿਆ ਜਾਂਦਾ। ਸ਼ੁਭ ਕਰਮ, ਪ੍ਰਭੂ ਦਾ ਨਾਮ ਜਪਣਾ, ਇਹ ਅੰਦਰ ਲਿਖਿਆ ਨਹੀਂ ਜਾਂਦਾ। ਕਿਉਂ? ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ। ਤੇ ਤਰਕ ਖੜੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਆਖਣ ਦੀ ਸਾਵਧਾਨੀ ਕਿਉਂ ਨਹੀਂ, ਇਕਾਗਰਤਾ ਕਿਉਂ ਨਹੀਂ? ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ, ਜਪ ਕਰਦਾ ਜੀ, ਅੰਮ੍ਰਿਤ ਵੇਲੇ ਉੱਠਦਾ ਜੀ, ਨਿਤਨੇਮ ਕਰਦਾ ਹੈ ਤੇ ਜੀ ਗੁਰਦੁਆਰੇ ਜਾਂਦਾ, ਇਹ ਤੇ ਬੜਾ ਸਤਸੰਗੀ ਹੈ, ਲੋਕੀ ਤੇ ਉਪਮਾ ਕਰਨ ਲੱਗ ਪੈਂਦੇ। ਖਤਰਾ ਤੇ ਕੋਈ ਹੈ ਨਹੀਂ, ਲੋਕੀ ਤੇ ਵਾਹ ਵਾਹ ਕਰਨ ਲੱਗ ਪੈਂਦੇ ਨੇ, ਲੋਕੀ ਤੇ ਬੜੀ ਪ੍ਰਤਿਸ਼ਠਾ ਦੇਣ ਲੱਗ ਪੈਂਦੇ ਨੇ। ਖਤਰਾ ਤੇ ਕੋਈ ਹੈ ਨਹੀਂ, ਉਮੀਦ ਹੈ ਗੱਲ ਪਕੜਦੇ ਚ ਆਈ ਹੋਵੇਗੀ। ਚਲੋ ਮੈਂ ਇੱਕ ਦਫਾ ਫਿਰ ਦੁਹਰਾਨਾ, ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ। ਚੋਰੀ ਹੈ, ਯਾਰੀ ਹੈ, ਠੱਗੀ ਹੈ, ਕੋਈ ਵੀ ਅਨਰਥ ਹੈ, ਉਹਦੇ ਚ ਮਨ ਪੂਰਾ ਹੁੰਦਾ। ਸਾਵਧਾਨੀ ਵੀ ਹੁੰਦੀ ਹੈ, ਇਕਾਗਰਤਾ ਵੀ ਹੁੰਦੀ ਹੈ। ਕਿਉਂ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ। ਇਸ ਵਾਸਤੇ ਦਾਰਸ਼ਨਿਕ ਅੱਜ ਕਹਿ ਰਹੇ ਨੇ, ਰੋਜ਼ ਰੋਜ਼ ਸਾਰੀ ਮਾਨਵਤਾ, ਸਾਰਾ ਸੰਸਾਰ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ ਜਾ ਰਿਹਾ, ਰੋਜ਼ ਰੋਜ਼ ਸਾਰੀ ਮਾਨਵਤਾ ਤੇ ਸਾਰਾ ਸੰਸਾਰ ਭਲਾਈਹੀਣ ਹੁੰਦਾ ਜਾ ਰਿਹਾ, ਨੇਕੀਆਂ ਤੋਂ ਹੀਣ ਹੁੰਦਾ ਜਾ ਰਿਹਾ। ਕਾਰਨ, ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ, ਹਰ ਬੁਰੇ ਕਰਮ ਦੇ ਚ ਇਕਾਗਰਤਾ ਪੂਰੀ ਹੁੰਦੀ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਪੂਰੀ ਹੁੰਦੀ ਹੈ, ਅੰਦਰ ਲਿਖੀ ਜਾਂਦੀ ਹੈ। ਇਕਾਗਰਤਾ ਪੂਰੀ ਕਿਉਂ ਆਉਂਦੀ ਹੈ? ਖਤਰਾ ਹੈ, ਸਮਾਜ ਦੇਖ ਸਕਦਾ ਹੈ ਮੈਨੂੰ ਚੋਰੀ ਕਰਦੇ ਹਾਂ, ਅਨਰਥ ਕਰਦੇ ਹਾਂ, ਕਾਨੂੰਨ ਦੇਖ ਸਕਦਾ ਹੈ ਮਨੁੱਖ, ਸਮਾਜ ਦੀਆਂ ਨਜ਼ਰਾਂ ਚੋਂ ਗਿਰ ਸਕਦਾ ਹੈ, ਕਾਨੂੰਨ ਦੀ ਪਕੜ ਵਿੱਚ ਆ ਸਕਦਾ ਹੈ।
ਸਮਾਜ ਇਸ ਨੂੰ ਨਜ਼ਰਾਂ ਤੋਂ ਗਿਰਾ ਦੇਗਾ, ਕਾਨੂੰਨ ਇਸ ਨੂੰ ਹੱਥਕੜੀਆਂ ਪਾ ਦੇਗਾ, ਜੇਲ੍ਹ ਦੇ ਸੁੱਟ ਦੇਗਾ। ਤੋ ਖਤਰਾ ਹੈ, ਖਤਰਾ ਹੈ। ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ। ਨੇਕ ਕੰਮਾਂ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ ਪ੍ਰਭੂ ਦਾ ਨਾਮ ਜਪਣਾ। ਤੇ ਦੁਨੀਆਂ ਭਰ ਦੇ ਅਵਤਾਰੀ ਪੁਰਸ਼ ਕਹਿੰਦੇ ਨਾਮ ਜਪੋ ਪੂਰੀ ਇਕਾਗਰਤਾ ਨਾਲ, ਪੂਰੇ ਮਨ ਨਾਲ।